ਜਿਵੇਂ ਸੱਚੇ ਸਾਹਿਬ ਸੋ ਜੀ ਕਰਵਾ ਰਹੇ ਹਨ ਆਪਣੀ ਪਹਿਚਾਣ, ਸਤਿਗੁਰੂ ਪਹਿਲਾਂ ਹੀ ਦਰਸਾ ਚੁੱਕੇ ਹਨ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਗਲਤਨ ਜੈਸਾ, ਅਸੀਂ ਤੇਰੇ ਵਰਗੇ ਤੇਰੇ ਵਾਂਗ ਆਪਣੇ ਆਪ ਨੂੰ ਸਰੀਰ ਰਹਿਤ ਸਮਝਦੇ ਹਾਂ। ਪਰ ਇਹ ਉਹਨਾਂ ਨੂੰ ਫਰਮਾਉਂਦੇ ਵੇਦ ਪੁਰਾਣ ਪੜ੍ਹੇ ਕਿਆ ਗੁਣ ਖਰਜਨ ਚੰਦਨ ਜਸ ਪਾਰਾ, ਰਾਮ ਨਾਮ ਕੀ ਗਤ ਨਹੀਂ ਜਾਣੀ ਕੈਸੇ ਉਤਰਸ ਪਾਰ। ਇਹ ਦੁਨੀਆਂ ਦੇ ਝੂਠੇ ਵਿਖਾਵਿਆਂ ਤੋਂ ਪਰੇ ਦੀ ਗੱਲ ਹੈ ਪ੍ਰੇਮ ਭਗਤੀ। ਇਹ ਗੱਲ ਕੋਈ ਮਹੱਤਤਾ ਨਹੀਂ ਰੱਖਦੀ ਕਿ ਤੁਸੀਂ ਕਿਸ ਗ੍ਰੰਥ ਦਾ ਪਾਠ ਕਰਦੇ ਹੋ ਅਤੇ ਕਿੰਨਾ ਕੱਟੜ ਵਿਚਾਰਾਂ ਵਿੱਚ ਵਿਸ਼ਵਾਸ ਰੱਖਦੇ ਹੋ, ਸਗੋਂ ਇਹ ਹੈ ਕਿ ਤੁਸੀਂ ਕੀ ਅਨੁਭਵ ਕਰਦੇ ਹੋ। ਪਵਿੱਤਰ ਹਿਰਦਿਆਂ ਵਾਲੇ ਸੁਭਾਗੇ ਹਨ ਕਿ ਉਹ ਪਰਮਾਤਮਾ ਨੂੰ ਪਾ ਲੈਣਗੇ, ਹਾਂ ਇਸੇ ਜੀਵਨ ਵਿੱਚ, ਅਤੇ ਇਹੀ ਮੁਕਤੀ ਹੈ। ਅਜਿਹੇ ਲੋਕ ਵੀ ਹਨ ਜਿਹੜੇ ਇਹ ਪ੍ਰਚਾਰ ਕਰਦੇ ਹਨ ਕਿ ਮੁਕਤੀ ਮੂੰਹ ਵਿੱਚ ਸ਼ਬਦ ਗੁਣ ਨਾਲ ਮਿਲ ਸਕਦੀ ਹੈ, ਪਰ ਕਿਸੇ ਵੀ ਮਹਾਨ ਪੁਰਸ਼ ਨੇ ਅੱਜ ਤੱਕ ਇਹ ਗੱਲ ਨਹੀਂ ਦੱਸੀ ਕਿ ਮੁਕਤੀ ਅਤੇ ਬਾਹਰੀ ਭੇਖ ਦੀ ਜ਼ਰੂਰਤ ਹੈ। ਇਸ ਦੀ ਪ੍ਰਾਪਤੀ ਦੀ ਸ਼ਕਤੀ ਸਾਡੇ ਅੰਦਰ ਹੈ। ਅਸੀਂ ਪਰਮਾਤਮਾ ਵਿੱਚ ਘੁੰਮਦੇ ਰਹਿੰਦੇ ਫਿਰਦੇ ਹਾਂ। ਜੇ ਕੋਈ ਬੰਦਾ ਦੁਨੀਆਂ ਦੇ ਸਾਰੇ ਪੂਜਾ ਕਰਾਂ ਦੀ ਮਾਨਤਾ ਕਰੇ, ਹੁਣ ਤੱਕ ਲਿਖੇ ਗਏ ਸਾਰੇ ਪਵਿੱਤਰ ਗ੍ਰੰਥਾਂ ਨੂੰ ਪੜ੍ਹੀ ਫਿਰੇ, ਧਰਤੀ ਦੇ ਸਾਰੇ ਦਰਿਆਵਾਂ ਵਿੱਚ ਇਸ਼ਨਾਨ ਕਰਾਵੇ, ਇਹ ਕਰ ਉਸਨੂੰ ਪਰਮਾਤਮਾ ਦਾ ਅਨੁਭਵ, ਨਹੀਂ ਤਾਂ ਤੁਸੀਂ ਆਪ ਹੀ ਸਮਝੋ ਉਹ ਕੀ ਹੈ। ਪੁਜਾਰੀ ਲੋਕ ਕੇਵਲ ਸਾਨੂੰ ਇਹ ਵਿਸ਼ਵਾਸ ਦਿਵਾਉਂਦੇ ਹਨ ਕਿ ਜੇ ਅਸੀਂ ਉਹਨਾਂ ਦੇ ਪਿੱਛੇ ਚੱਲੀਏ, ਉਹਨਾਂ ਦੀਆਂ ਨਸੀਹਤਾਂ ਤੋਂ ਮਨਾਹੀਆਂ 'ਤੇ ਅਮਲ ਕਰੀਏ ਅਤੇ ਉਹਨਾਂ ਰਾਹੀਂ ਦਰਸਾਏ ਰਾਹ 'ਤੇ ਚੱਲੀਏ ਤਾਂ ਮਰਨ ਸਮੇਂ ਉਹ ਸਾਨੂੰ ਰਾਹਦਾਰੀ ਦੇਣਗੇ ਜਿਹੜੀ ਸਾਨੂੰ ਪਰਮਾਤਮਾ ਦੇ ਦਰਸ਼ਨ ਕਰਾ ਸਕੇ। ਸਵਰਗ ਦੇ ਇਹ ਸਾਰੇ ਲਾਰੇ ਹੀ ਕੀ ਹਨ? ਪੁਜਾਰੀ ਜਮਾਤ ਦੇ ਦੰਭ ਦੇ ਕਾਰਨ ਪ੍ਰਵਿਰਤ ਰੂਪ ਹੈ। ਅਸਲ ਵਿੱਚ ਅਵਿਅਕਤ ਪ੍ਰਭੂ ਦਾ ਵਿਚਾਰ ਬੜਾ ਢਾਹੂ ਹੈ। ਇਸ ਨਾਲ ਪੁਜਾਰੀਆਂ, ਗਿਰਜਿਆਂ ਅਤੇ ਮੰਦਰਾਂ ਦਾ ਸਾਰਾ ਵਪਾਰ ਖਤਮ ਹੋ ਜਾਂਦਾ ਹੈ। ਪੁਜਾਰੀ ਪੁਰੋਹਿਤ ਕਦੇ ਗੋਡੇ ਟੇਕ ਕੇ ਕਦੇ ਨਹੀਂ ਕਹੇਗਾ ਕਿ ਮੈਂ ਪਾਪੀ ਹਾਂ। ਤੁਸੀਂ ਜਰਾ ਸੋਚੋ, ਜਦੋਂ ਧਰਮ ਮੰਦਰ ਨਹੀਂ ਸਨ, ਚਰਚ ਨਹੀਂ ਸਨ, ਮਸੀਤਾਂ ਨਹੀਂ ਸਨ, ਗੁਰਦੁਆਰੇ ਨਹੀਂ ਸਨ, ਉਦੋਂ ਰੱਬ ਦੀ ਪੂਜਾ ਕਰ ਕਿਸ ਜਿਹਨਾਂ ਨੂੰ ਪੂਜ ਲਈ ਚੁਣਿਆ ਜਾਂਦਾ ਸੀ, ਪੂਜਾ ਲਈ ਚੁਣਿਆ ਜਾਂਦਾ ਸੀ। ਸਭ ਵਧੀਆ ਜਿਉਂਦਾ ਜਗਦਾ ਪਹਿਲਾ ਮਨੁੱਖ ਮੌਜੂਦ ਸੀ। ਤੁਸੀਂ ਲੋਕ ਰੱਬ ਦੀ ਪੂਜਾ ਲਈ ਮੂਰਤੀ ਮੰਦਰ ਬਣਾ ਸਕਦੇ ਹੋ, ਪਰ ਸਤਿਗੁਰਾਂ ਦਾ ਫਰਮਾਨ ਹੈ ਸਭ ਤੋਂ ਪਹਿਲਾਂ ਅੱਬਲ ਵਧੀਆ ਬਹੁਤ ਚੇਰਾ ਪਹਿਲਾ ਮਨੁੱਖੀ ਸਰੀਰ ਬਣ ਚੁੱਕਾ ਸੀ। ਇਹ ਹੋ ਸਕਦਾ ਕਿ ਸਾਰੇ ਮੰਦਰ ਅਤੇ ਮਸਜਿਦਾਂ ਅਤੇ ਸ਼ਿਵਾਲੇ ਚਰਚ ਧੂੜ ਵਿੱਚ ਮਿਲ ਜਾਣ, ਉਹਨਾਂ ਦੇ ਖੰਡਰਾਂ ਦੇ ਵੀ ਨਿਸ਼ਾਨ ਪਾਲਿਆਂ ਨਾਲ ਲੱਭਣ ਅਤੇ ਸਾਰੇ ਸ਼ਸਤਰ ਅਤੇ ਅਗਨ ਅਲੋਪ ਹੋ ਜਾਣ, ਪਰ ਧਰਮ ਅਲੋਪ ਨਹੀਂ ਹੋਏਗਾ। ਉਹ ਇਹਨਾਂ ਦੇ ਹੋਣ ਕਰਕੇ ਨਹੀਂ ਹੈ, ਉਹ ਤਾਂ ਜਦ ਤੱਕ ਅੰਤਸ਼ ਅੰਮ੍ਰਿਤ ਆਨੰਦ ਦੇ ਲਈ ਪਿਆਸੇ ਹੁੰਦੇ ਰਹਿਣਗੇ ਤਦ ਤੱਕ ਰਹੇਗਾ ਅਤੇ ਮਿਟ ਮਿਟ ਕੇ ਵੀ ਮੁੜ ਸੁਰਜੀਤ ਹੋਵੇਗਾ। ਇਸ ਅਰਥ ਵਿੱਚ ਉਹ ਅਮਿੱਟ ਹੈ ਕਿਉਂਕਿ ਆਨੰਦ ਦੀ ਚਾਹਨਾ ਮਿੱਟ ਹੈ। ਬੰਧਨ ਕਦੇ ਵੀ ਨਹੀਂ ਚਾਹੇ ਜਾ ਸਕਦੇ, ਗਿਆਨ ਕਦੇ ਵੀ ਨਹੀਂ ਚਾਹਿਆ ਜਾ ਸਕਦਾ ਕਿਉਂਕਿ ਅੰਮ੍ਰਿਤ ਦੀ ਪਿਆਸ ਅਮਿੱਟ ਹੈ। ਦੁੱਖ ਕਦੇ ਵੀ ਨਹੀਂ ਚਾਹਿਆ ਜਾ ਸਕਦਾ, ਜਿਵੇਂ ਹਨੇਰੇ ਦੇ ਲਈ ਸਾਡੀ ਆਤਮਾ ਕਦੇ ਵੀ ਪਿਆਸੀ ਨਹੀਂ ਹੋ ਸਕਦੀ, ਇਸ ਲਈ ਧਰਮ ਅਮਿੱਟ ਹੈ। ਧਰਮ ਦਾ ਵਾਸਤਾ ਪ੍ਰੇਮ ਵਿੱਚ ਹੈ, ਉਹ ਪਵਿੱਤਰ ਅਤੇ ਸੁੱਚਾ ਪ੍ਰੇਮ ਜਿਹੜਾ ਹਿਰਦੇ ਵਿੱਚ ਵੱਸਦਾ ਹੈ, ਨਾ ਕਿ ਰੋਹ ਰੀਤਾਂ ਵਿੱਚ। ਜਦੋਂ ਤੱਕ ਮਨੁੱਖ ਸਰੀਰਕ ਅਤੇ ਮਾਨਸਿਕ ਤੌਰ 'ਤੇ ਪਵਿੱਤਰ ਨਹੀਂ ਹੁੰਦਾ ਤਦ ਤੱਕ ਇਹ ਅਪਵਿੱਤਰਤਾ ਰਹੇਗਾ, ਤਦ ਤੱਕ ਇਹ ਪਵਿੱਤਰ ਰਹੇਗਾ ਜਦ ਤੱਕ ਸਾਧੂ ਸਤਿਗੁਰ ਦੀ ਓਟ ਨਹੀਂ ਲੱਗਦਾ। ਇਹਨਾਂ ਦੇ ਤਨ ਅਤੇ ਮਨ ਸੁੱਚੇ ਅਤੇ ਪਵਿੱਤਰ ਹਨ, ਪ੍ਰੇਮ ਭਗਤੀ ਰਾਹੀਂ ਹੀ ਦਿਲ ਦਾ ਲਹੂ ਪਾ ਕੇ ਹੋਏ ਹਨ। ਧਰਮ ਤਾਂ ਢੱਕ ਹੋ ਸਕਦਾ ਹੈ, ਧਰਮ ਲੋਕਾਂ ਵੱਲੋਂ ਅਪਣਾਇਆ ਜਾ ਸਕਦਾ ਹੈ, ਪਰ ਅਮਿੱਟ ਹੀ ਰਿਹਾ ਅਮਿੱਟ ਨਹੀਂ ਸਕਦਾ। ਅਸੀਂ ਉਸ ਪ੍ਰਤੀ ਸੋਚ ਸਕਦੇ ਹਾਂ ਪਰ ਸਾਨੂੰ ਹਮੇਸ਼ਾ ਲਈ ਖੋ ਨਹੀਂ ਸਕਦੇ, ਪਰ ਉਸਨੂੰ ਧਰਮ ਦਾ ਢੱਕ ਹੋ ਸਕਦਾ ਹੈ, ਧਰਮ ਲੋਕਾਂ ਵੱਲੋਂ ਪਲਾਇਆ ਜਾ ਸਕਦਾ ਹੈ, ਪਰ ਮਿਟ ਨਹੀਂ ਸਕਦਾ। ਅਸੀਂ ਉਸ ਪ੍ਰਤੀ ਸੋਚ ਸਕਦੇ ਹਾਂ
ਪਰ ਉਸਨੂੰ ਹਮੇਸ਼ਾ ਲਈ ਖੋ ਨਹੀਂ ਸਕਦੇ। ਉਸ ਦੀਆਂ ਜੜ੍ਹਾਂ ਸਾਡੀ ਆਤਮਾ ਵਿੱਚ ਹਨ ਅਤੇ ਇਸ ਲਈ ਉਸਨੂੰ ਖੋ ਖੋ ਕੇ ਵੀ ਮੁੜ ਮੁੜ ਪਾ ਲਿਆ ਜਾਂਦਾ ਹੈ। ਉਹਨਾਂ ਜੜ੍ਹਾਂ ਵਿੱਚ ਫਿਰ ਨਵੇਂ ਅੰਕੁਰ ਜਾਂ ਪੱਤੇ ਕਰੋਂਬਾ ਨਿਕਲ ਆਉਂਦੀਆਂ ਹਨ ਅਤੇ ਨਵੇਂ ਫਲ ਅਤੇ ਬੀਜ ਲੱਗਣੇ ਸ਼ੁਰੂ ਹੋ ਜਾਂਦੇ। ਅਸਲ ਵਿੱਚ ਜੋ ਵੀ ਸੱਚ ਹੈ ਮੈਨੂੰ ਖੋਣਾ ਅਸੰਭਵ ਹੈ। ਜੋ ਵੀ ਸੱਚ ਹੈ ਉਹ ਅਮਿੱਟ ਹੈ ਅਤੇ ਜੋ ਵੀ ਅਮਿੱਟ ਹੈ ਉਹ ਸੱਚ ਹੈ। ਸਤਿਗੁਰੂ ਦਾ ਫਰਮਾਨ ਹੈ ਇਹ ਗੀਤ ਕਵਿਤ ਕਵਿਤਰੀ ਨਹੀਂ ਹਨ ਬ੍ਰਹਮ ਨੂੰ ਵਿਚਾਰਨ ਅਤੇ ਸਮਝਣ ਦੀ ਵਿਧੀ ਹੈ। ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ ਲੋਕ ਐਵੇਂ ਇਸਨੂੰ ਗੀਤ ਸਮਝਦੇ ਰਹੇ ਪਰ ਇਹ ਤਾਂ ਬ੍ਰਹਮ ਗਿਆਨ ਹੈ ਬ੍ਰਹਮ ਸੁਗਿਆਨ ਹੈ। ਪਸ਼ੂ ਜਗਤ ਇਸ ਅਲਾਹੀ ਉਪਦੇਸ਼ ਨੂੰ ਐਵੇਂ ਸਧਾਰਨ ਜਿਹਾ ਗੀਤ ਹੀ ਸਮਝਦਾ ਰਿਹਾ ਹੈ ਪਰ ਨਾਨਕ ਜੀ ਚੌਥੇ ਜਾਮੇ ਵਿੱਚ ਆ ਕੇ ਫਿਰ ਇਉਂ ਧਿਆਨ ਜਗਾ ਰਹੇ ਹਨ ਪਸ਼ੂ ਜਗਤ ਦਾ ਕਿ ਜਾਗ ਪੰਡਤ ਪੜ੍ਹੇ ਬਾਦ ਵਿਖਾਣੇ ਤਿੰਨਾਂ ਬੁੱਝ ਨਾ ਪਾਏ ਵਿਖਿਆ ਮਾਤੇ ਭਰਮ ਭੁਲਾਏ ਉਪਦੇਸ਼ ਕਹੋ ਕਿਸ ਪਾਈ ਭਗਤ ਜਨਾ ਕੀ ਉੱਤਮ ਬਾਣੀ ਜੁਗ ਜੁਗ ਰਹੀ ਸਮਾਏ ਬਾਣੀ ਲਾਗੇ ਸੁਗਤ ਪਾਏ ਸ਼ਬਦ ਸੱਚ ਸਮਾਈ ਹੋਂ ਗੁਰੂ ਸਲਾਹੀ ਸਦਾ ਆਪਣਾ ਜਿਨ ਸਾਚੀ ਬੁੱਝ ਬੁਝਾਈ ਨਾਨਕ ਏਕ ਕਹੇ ਬੇਨੰਤੀ ਨਾਵੋ ਗਾਵੋ ਪਤ ਪਾਏ ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀਏ ਮਨ ਸੁਣੀਏ ਹਰਲੇ ਬਿਲਾਏ ਰਾਮ ਚਿਰੇ ਬਿਛੁਨਾ ਹਰ ਪ੍ਰਭ ਪਾਇਆ ਗਲ ਮਿਲਿਆ ਸਹਿਜ ਸੁਭਾਏ ਰਾਮ ਜਨ ਨਾਨਕ ਮਨ ਆਨੰਦ ਪਿਆ ਹੈ ਮੇਰੀ ਜਿੰਦੜੀਏ ਆਨੰਦ ਸ਼ਬਦ ਬਿਜਾਏ ਰਾਮ ਭਗਤੀ ਕਰਨ ਵਾਲੇ ਮਨੁੱਖਾਂ ਦੀ ਇਲਾਹੀ ਅੰਮ੍ਰਿਤ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ਪਰਮਾਤਮਾ ਦੇ ਚਰਣਾਂ ਵਿੱਚ ਸੁਰਤ ਜੋੜ ਕੇ ਉਹ ਬਾਣੀ ਮਨ ਨਾਲ ਧਿਆਨ ਨਾਲ ਸੁਣਨੀ ਸਰਵਣ ਕਰਨੀ ਚਾਹੀਦੀ ਆ ਚਿਰਾਂ ਦਾ ਵਿਛੜਿਆ ਹੋਇਆ ਪਰਮਾਤਮਾ ਆਮ ਮਿਲਦਾ ਹੈ ਇਹ ਨਾਨਕ ਜੀ ਦੇ ਬੋਲ ਹਨ ਅਤੇ ਸੋਝੀ ਕਰਵਾਉਂਦੇ ਹਨ ਪੰਜਵੇਂ ਜਾਮੇ ਵਿੱਚ ਆ ਕੇ ਜੋ ਜੋ ਤਰਿਓ ਪੁਰਾਤਨ ਨਵ ਤਨ ਭਗਤ ਪਾਏ ਹਰ ਦੇਵਾ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਜੀਓ ਮਿਲੇ ਸੰਤ ਜਨ ਸੇਵਾ ਸੰਤ ਜਨਾਂ ਦੀ ਸੇਵਾ ਲਈ ਰਜੋਈ ਕਰਦੇ ਹਨ ਪ੍ਰਭੂ ਅੱਗੇ ਕਿਉਂਕਿ ਪ੍ਰਭੂ ਹੀ ਭਗਤ ਹੈ ਭਗਤ ਹੀ ਪ੍ਰਭੂ ਹੈ ਅਤੇ ਫੈਸਲਾ ਦਿੰਦੇ ਹਨ ਪੰਜਵੇਂ ਜਾਮੇ ਵਿੱਚ ਪਸ਼ੂ ਜਗਤ ਨਾਲੋਂ ਆਪਣੇ ਆਪ ਨੂੰ ਅਲੱਗ ਕਰਕੇ ਸੰਤ ਸਤਿਗੁਰ ਦੀ ਸੇਵਾ ਲਈ ਅਰਜੋਈ ਕਰਦੇ ਹਨ ਅਤੇ ਫੈਸਲਾ ਦਿੱਤਾ ਉਹਨਾਂ ਨੇ ਉੱਪਰ ਮਿਲੇ ਸੰਤ ਜਨ ਸੇਵਾ ਕਿਉਂਕਿ ਭਗਤੀ ਤੋਂ ਬਗੈਰ ਪਾਰ ਪਾਇਆ ਨਹੀਂ ਜਾ ਸਕਦਾ ਸੋਧਤ ਸੋਧ ਤੱਤ ਵਿਚਾਰਾ ਬਿਨ ਹਰ ਭਗਤ ਨੇ ਇਸ਼ਟ ਕਰ ਭਗਤ ਹੀ ਨਾਮ ਜਪਾਉਂਦੇ ਹਨ ਧੁਰੋਂ ਭਗਤ ਤੱਕ ਜਾਣਾ ਇਹਨਾਂ ਦੇ ਪਾਸ ਇੱਛਾ ਪੁਰਖ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸਾ ਕੰਮ ਧੇਨਾ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾਂ ਜਪ ਮਨ ਸਤਨਾਮ ਸਦਾ ਸਤਨਾਮ ਇਹ ਕਿਹਨਾਂ ਨੇ ਸਤਨਾਮ ਦਾ ਵਪਾਰ ਕੀਤਾ ਕੌਣ ਸੇ ਸਤਿਗੁਰੂ ਸਤਿਗੁਰੂ ਫੈਸਲਾ ਦਿੰਦੇ ਹਨ ਆਪਣੀ ਬਾਣੀ ਦੇ ਵਿੱਚ ਕਿੰਨੀ ਬਣ ਜਿਆ ਕਾਂਸੀ ਤਾਂਬਾ ਕਿੰਨੀ ਸੋਲੋਂ ਮਸਪਾਰੀ ਸੰਤ ਬਣ ਜਿਆ ਰਾਮ ਗੋਬਿੰਦ ਕਾ ਐ ਸਿੱਖੇ ਹਮਾਰੀ ਹਰ ਕ ਨਾਮ ਕੇ ਵਪਾਰੀ ਹੀਰਾ ਹੱਥ ਚੜਿਆ ਨਰਮੁਲਕ ਛੂਟ ਗਈ ਸੰਸਾਰੀ ਅਤੇ ਸਤਿਗੁਰੂ ਰਵਿਦਾਸ ਜੀ ਫਰਮਾਨ ਕਰਦੇ ਹਨ ਕੋ ਬਣ ਜਾਰੂ ਰਾਮ ਕੋ ਮੇਰਾ ਟਾਂਡਾ ਲਾ ਤਿਆ ਜਾਏ ਰੇ ਹਾਂ ਬਣ ਚਾਰੂ ਰਾਮ ਕੋ ਸਹਿਜ ਕਰੋ ਵਪਾਰ ਮੈਂ ਰਾਮ ਨਾਮ ਤੁਹਾਨੂੰ ਲੱਗਦੇ ਆ ਬਿਖਲਾ ਦੀ ਸੰਸਾਰ ਸੰਸਾਰ ਨੇ ਬਿਖਲਦੀ ਹੋਈ ਹੈ ਸੰਤ ਭਗਤ ਸਤਿਗੁਰੂ ਨਾਮ ਦਾ ਵਪਾਰ ਕਰਦੇ ਹਨ ਸਤਨਾਮ ਦਾ ਅਤੇ ਨਾਨਕ ਬਾਣੀ ਕਹਿ ਇਹਨੂੰ ਇਹੋ ਕਹਿ ਫਰਮਾ ਰਹੀ ਹੈ ਨਾਨਕ ਬਾਣੀ ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ ਜਮ ਜਗਾਤੀ ਤਿੰਨਾ ਨੇੜਨਾ ਜਾ ਇੱਥੇ ਹੀ ਬਸ ਨਹੀਂ ਇਹਨਾਂ ਦੀ ਬਹੁਤ ਵਿਆਖਿਆ ਹੋਈ ਹੈ ਲੇਕਿਨ ਜਿਨ੍ਹਾਂ ਦੇ ਸਵਾਰਥ ਆਪਣੇ ਹਨ ਉਹ ਦੱਸ ਨਹੀਂ ਰਹੇ ਗੁਰਬਾਣੀ ਨੂੰ ਖੋਲ੍ਹ ਕੇ ਮਰੋੜੀ ਹਰ ਆਪੇ ਠਾਕਰ ਸੇਵਕ ਭਗਤ ਹਰ ਆਪੇ ਕਰੇ ਕਰਾਏ ਹਰ ਆਪੇ ਵਿਕਸੇ ਹਰ ਆਪੇ ਵੇਖੇ ਵਿਕਸੇ ਆਪੇ ਜਿੱਤ ਭਾਵੇ ਚਿਤਲਾਏ ਤਿਤਲਾਏ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਬਸੀਰ ਦਰਗਾਹ ਦੇ ਵਿੱਚ ਭਗਤ ਵੱਡੀ ਵਕਾਲਤ ਕਰਨ ਵਾਲਾ ਅੰਮ੍ਰਿਤ ਨਾਮ ਤੁਮਾਰਾ ਠਾਕਰ ਇਹ ਮਹਾਰਸ ਜਨ ਜਿਨੇ ਪੀਓ ਜਨਮ ਜਨਮ ਚੁੱਕੇ ਪੈਪਾਰੇ ਦੁਰਤ ਮਨਾਸੇ ਭਰਮ ਦਿਓ ਇਹ ਠਾਕਰ ਸਾਹਿਬ ਸਤਿਗੁਰੂ ਰਵਿਦਾਸ ਜੀ ਦਾ ਖਾਸ ਉਚੇਚਾ ਜ਼ਿਕਰ ਆਇਆ ਹੈ ਕਿਉਂਕਿ ਇਹ ਇਹੀ ਨਾਮ ਜਪਾਉਂਦੇ ਹਨ ਧਨ ਸੁਮਾਨ ਸਥਾਨ ਦੇਹੀ ਪਾਏ ਜਿਤ ਪ੍ਰਭ ਆਪਣੇ ਮੇਲ ਲਿਓ ਧਨ ਸੁਖਾਲ ਯੁਗ ਸਾਧ ਸੰਗ ਕੀਰਤਨ ਗਾਈਏ ਨਾਨਕ ਨਾਮ ਧਾਰ ਲਿਓ